ਕੀਤਾ ਕਰਦਾ ਸੀ ਬਈ ਇਸੇ ਹੀ ਸ਼ਬਦ ਦਾ ਆਨੰਦ ਮਾਣੀ ਜਾਈਏ, ਅੰਮ੍ਰਿਤ ਦੇ ਗੱਫੇ ਮਿਲ ਰਹੇ ਸੀ। ਪਰ ਇੱਕ ਅੰਦਰੋਂ ਆਵਾਜ਼ ਉੱਠੀ ਜੋ ਮਹਾਂਪੁਰਖ ਮਹੰਤ ਤਾਰਾ ਸਿੰਘ ਜੀ ਮਹਾਰਾਜ ਉਹ ਜ਼ਰੂਰ ਹੀ ਸੁਣਿਆ ਕਰਦੇ ਸੀ, ਭਾਵੇਂ ਮੈਂ ਕਿਤਨਾ ਟਾਈਮ ਚਾੜ ਦੇਵਾਂ ਨਾ ਕੀਰਤਨ ਵਿੱਚ ਭਾਈ ਅੱਜ ਨਹੀਂ ਪੜ੍ਹਨਾ, ਫਿਰ ਵੀ ਉਹਨਾਂ ਨੇ ਕਹਿਣਾ ਬਈ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ ਬਈ ਇਹ ਜ਼ਰੂਰ ਸੁਣਾ। ਤੋ ਉਹੀ ਆਵਾਜ਼ ਕੀਰਤਨ ਕਰਦਿਆਂ ਮਨ ਦੀ ਅਵਸਥਾ ਨੂੰ ਪਹੁੰਚੀ। ਇਸ ਲਈ ਆਓ 5-10 ਮਿੰਟ ਇਸ ਸ਼ਬਦ ਦਾ ਆਨੰਦ ਮਾਣ ਕੇ ਫਿਰ ਖਿਮਾ ਚਾਹਵਾਂਗਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਿਤਨਾ ਕੋਈ ਸ਼ੁਕਰਾਨਾ ਕਰੀਏ, ਉਹਨਾਂ ਦੀ ਬਾਣੀ ਦੇ ਅੰਮ੍ਰਿਤ ਦੇ ਜੋ ਗੱਫੇ ਮਿਲਦੇ ਹਨ ਇਹ ਇੱਧਰੋਂ ਆਉਂਦੇ ਹਨ ਅਤੇ ਉੱਧਰੋਂ ਵਰਤਾ ਦੇਈਦੇ ਹਨ। ਅਰਦਾਸ ਕਰਿਆ ਕਰੋ ਕਿ ਕੁਝ ਗੱਫਾ ਇੱਧਰ ਦਾ ਜਿਹੜਾ ਹੈ ਉਹ ਮੇਰੇ ਵੀ ਝੋਲੀ ਵਿੱਚ ਪਵੇ, ਕਿਉਂਕਿ ਸਾਡਾ ਕੰਮ ਹੁੰਦਾ ਕੜਛੀ ਦਾ ਕੰਮ ਹੈ ਭਰ ਕੇ ਲੋਕਾਂ ਨੂੰ ਵੰਡੀ ਜਾਣਾ। ਤੋ ਮਹਾਂਪੁਰਖਾਂ ਅੱਗੇ ਬੇਨਤੀ ਕਰਾਂਗੇ ਭਾਈ ਕੋਈ ਸਾਡੀ ਝੋਲੀ ਵੀ ਖਰੈਤ ਪਵੇ, ਅਸੀਂ ਵੀ ਸਾਸ ਗ੍ਰਾਸ ਜਪਦੇ ਰਹੀਏ ਸ੍ਰੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ। ਕਲੇਰਾਂ ਵਾਲਿਆਂ ਅੱਗੇ ਬੇਨਤੀ ਕੀਤੀ ਮਹਾਰਾਜ ਭਾਈ ਕੀਰਤਨ ਵਿੱਚ ਮਨ ਬੜਾ ਜੁੜਦਾ, ਬੜਾ ਆਨੰਦ ਆਉਂਦਾ, ਤੁਹਾਡੀ ਬਖਸ਼ਿਸ਼ ਹੈ, ਤੁਸੀਂ ਬਚਨ ਕੀਤਾ ਜਦੋਂ ਕੀਰਤਨ ਕਰੇਗਾ ਗੁਰੂ ਗ੍ਰੰਥ ਸਾਹਿਬ ਵੱਲ ਧਿਆਨ ਕਰੇਗਾ ਤਾਂ ਅਸੀਂ ਚੌਰ ਕਰ ਰਹੇ ਹੋਵਾਂਗੇ, ਬੈਠੇ ਨਜ਼ਰ ਆਵਾਂਗੇ। ਉਹ ਅੱਜ ਵੀ ਆਉਂਦੇ ਹਨ, ਦਰਸ਼ਨ ਆਉਂਦੇ ਹਨ, ਪਰ ਮੈਂ ਕਿਹਾ ਮੇਰਾ ਨਿਤਨੇਮ ਵਿੱਚ ਮਨ ਨਹੀਂ ਲੱਗਦਾ। ਬਾਬਾ ਜੀ ਕਹਿਣ ਲੱਗੇ ਤੇਰਾ ਕੀਰਤਨ ਹੀ ਨਿਤਨੇਮ ਹੈ, ਤੂੰ ਇੱਕ ਸ਼ਬਦ ਸੁਣਾ ਦਿਆ ਕਰ ਤੇਰਾ ਨਿਤਨੇਮ ਪੂਰਾ ਹੋ ਗਿਆ। ਤੋ ਮਹਾਂਪੁਰਖਾਂ ਦੀ ਕਿਰਪਾ ਹੈ, ਜੋ ਕੁਛ ਵੀ ਅਸੀਂ ਹਾਂ। ਧੰਨ ਬਾਬਾ ਜਵਾਹਰ ਸਿੰਘ ਜੀ। ਅੱਜ ਵੀ ਮੈਂ ਮਾਨ ਸਾਹਿਬ ਨੂੰ ਬੇਨਤੀ ਕਰ ਰਿਹਾ ਸਾਂ, ਮੈਂ 11-12 ਸਾਲ ਦਾ ਹੋਵਾਂਗਾ ਜਦੋਂ ਪਿਤਾ ਜੀ ਨੇ ਨਾਲ ਲਿਆਉਣਾ, ਬਹਾਦਰਪੁਰ ਰਹਿੰਦੇ ਸਾਂ, ਸਜਰਾਈ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਹੋਈ ਸੀ ਅਤੇ ਜਦੋਂ ਇੱਥੇ ਆਏ ਅਤੇ ਰੋਜ਼ ਫਿਰ ਪਿਤਾ ਜੀ ਨੇ ਨਾਲ ਲਿਆਉਣਾ, ਅੰਮ੍ਰਿਤ ਵੇਲੇ ਨਾਲ ਲਿਆਉਣਾ, 2-2 ਘੰਟੇ ਕੀਰਤਨ ਮਹੰਤ ਜਵਾਹਰ ਸਿੰਘ ਜੀ ਮਹਾਰਾਜ ਨੇ ਕਿਰਪਾ ਕਰਨੀ ਸੁਣਨਾ, ਉਹੀ ਆਸੀਸਾਂ, ਇਹ ਮਹਾਂਪੁਰਖਾਂ ਦੀਆਂ ਆਸੀਸਾਂ ਪਿਆਰਿਓ। ਇਸ ਜੀਵਨ ਵਿੱਚ ਜਿਨ੍ਹਾਂ ਨੂੰ ਜਪਣ ਵਾਲਿਆਂ ਦੀ ਸੰਗਤ ਨਹੀਂ ਨਾ ਮਿਲੀ, ਉਹ ਭਾਵੇਂ ਕਿਤਨੇ ਪੜ੍ਹ ਲਿਖ ਗਏ, ਕਿਤਨੇ ਅਮੀਰ ਹੋ ਗਏ, ਉਹਨਾਂ ਦਾ ਜੀਵਨ ਕਦੇ ਪੂਰਾ ਨਹੀਂ, ਉਹਨਾਂ ਦਾ ਜੀਵਨ ਅਧੂਰਾ ਹੀ ਰਿਹਾ। ਤਾਂ ਜਪਣ ਵਾਲਿਆਂ ਦੀ ਸੰਗਤ ਵਿੱਚ ਆ ਕੇ ਜੀਵਨ ਪੂਰਾ ਹੁੰਦਾ। ਜੈਸੇ ਮੰਦਰ ਮੇਂ ਬਲ ਹਾਰਨੀ ਠਹਿਰੈ, ਨਾਮ ਬਿਨਾਂ ਕੈਸੇ ਪਾਰ ਉਤਰੈ, ਕੁੰਭ ਬਿਨਾਂ ਜਲ ਨਾਹੀਂ ਟਿਕਾਵੈ, ਸਾਧੂ ਬਿਨ ਐਸੇ ਅਭਗਤ ਜਾਵੈ। ਜੈਸੇ ਹਲ ਹਰ ਬਿਨ ਜਿਮੀ ਨਹੀਂ ਬੋਈਐ, ਸੂਤ ਬਿਨਾਂ ਕੈਸੇ ਮਣੀ ਪਰੋਈਐ, ਧਾਗੇ ਤੋਂ ਬਿਨਾਂ ਮਾਲਾ ਕਿਵੇਂ ਪਰੋਈ ਜਾ ਸਕਦੀ ਹੈ। ਅਤੇ ਜਿੱਥੇ ਤੱਕ ਮਰੋੜੀ ਨਾ ਦੇਈਏ ਤੇ ਗੰਢ ਨਹੀਂ ਪੈਂਦੀ, ਮਿਸਾਲਾਂ ਦਿੱਤੀਆਂ ਗੁਰੂ ਮਹਾਰਾਜ ਨੇ, ਗੁਰੂ ਕੀ ਬਾਣੀ ਵਿੱਚ ਮਿਸਾਲਾਂ ਹਨ। ਸੂਤ ਬਿਨਾਂ ਕੈਸੇ ਮਨੀ ਪਰੋਈ ਹੈ, ਕੁੰਡੀ ਬਿਨ ਕਿਆ ਗੰਠ ਚੜਾਈ ਹੈ, ਸਾਧੂ ਬਿਨ ਐਸੇ ਅਭਗਤ ਜਾਈ, ਸਾਧੂ ਦੀ ਸੰਗਤ ਨਹੀਂ ਮਿਲੀ, ਜੀਵਨ ਅਧੂਰਾ ਰਹਿ ਗਿਆ। ਜੈਸੇ ਮਾਤ ਪਿਤਾ ਬਿਨਾਂ ਬਾਲ ਨਾ ਹੋਈ, ਬਿੰਬ ਬਿਨਾਂ ਕੈਸੇ ਕੱਪੜੇ ਧੋਈ, ਘੋੜ ਬਿਨਾਂ ਕੈਸੇ ਅਸਵਾਰ, ਸਾਧੂ ਬਿਨ ਨਾਹੀ ਦਰਬਾਰ। ਉਹ ਸੱਚੇ ਦਰਬਾਰ ਦੀ ਪ੍ਰਾਪਤੀ ਜਿਨ੍ਹਾਂ ਨੂੰ ਵੀ ਹੋਈ ਹੈ, ਕਿਸੇ ਨਾ ਕਿਸੇ ਬ੍ਰਹਮ ਗਿਆਨੀ ਪੂਰਨ ਮਹਾਂਪੁਰਖ ਦੀ ਨਦਰ ਹੋਈ ਹੈ। ਤੋ ਇਸ ਲਈ ਆਓ 5 ਮਿੰਟ ਲਈ ਮੇਰੀ ਖੱਲੋਂ ਮੌਜੜੇ ਗੁਰਸਿੱਖ ਹੰਡਾਉਂਦੇ। ਗੁਰਸਿੱਖੀ ਸੀ ਮਹੰਤ ਤਾਰਾ ਸਿੰਘ ਜੀ ਦੇ ਅੰਦਰ, ਭਾਂਡੇ ਮਾਂਜਦੇ ਰਹਿਣਾ, ਗੁਰਦੁਆਰਾ ਸਾਹਿਬ ਦੀਆਂ ਨਾਲੀਆਂ ਸਾਫ਼ ਕਰਦੇ ਰਹਿਣਾ, ਝਾੜੂ ਦਿੰਦੇ ਰਹਿਣਾ, ਹਰ ਵੇਲੇ ਹਰ ਪ੍ਰਕਾਰ ਹਰ ਵੇਲੇ ਜਦੋਂ ਵੀ ਉਹਨਾਂ ਨੂੰ ਵੇਖਿਆ ਕਦੇ ਵੇਲੇ ਨਹੀਂ ਸਨ ਪੈਂਦੇ, ਉਚਾਰਨ ਕਰੋ ਸ੍ਰੀ, ਕਿਸੇ ਨਾ ਕਿਸੇ ਸੇਵਾ 'ਚ ਲੱਗਿਆ ਹੋਇਆ ਉਹਨਾਂ। ਤੋ ਇਹ ਅਵਸਥਾ ਉਹਨਾਂ ਦੇ ਹੀ ਮਨ ਦੀ ਹੈ ਕਿ ਸਿਰ ਉੱਚਾ ਨੀਵੇਂ ਚਰਨ ਸਿਰ ਪੈਰੀ ਪਾਉਂਦੇ,
منہ اکھی نک کن ہتھ دے پار اچان دے اے سارے چین اوپر لے ہن تے چنگے ہن اے تو پتا لگ دا ہے کوئی کروپ ہے یا روپ ہے تے پائی صاحب گرداس جی کہن دے ہن کہ جتنے چنگے چین ہن سونے چین ہن اوپر ہن پھر سر پیراں نوں کیوں جاندا ہے انہا پیراں وچ کی خوبی ہے تو میرے پادشاہ کہندے نے جڑے پیر ست سنگت وچ چل کے آندے نا اے سر سونا تائیں ہے اے اکھاں سونیاں تائیں ہن اے مکھ سونا تائیں ہے جے انہاں دے چرناں تے نمسکار کردا ہے کیرت پرب کی گاؤ میری رسنا انک بار کر بندن سنتن اوہاں چرن گوبند جی کے بسنا اے تائیں سفل ہے سنتے چرن ماتھا میرا پوت انک بار سنتے ڈنڈوت ایسے لئی سر اچا نیویں چرن سر اچا ہے پیر نیویں ہن تے کیڑے پیر ستکار یوگن جڑے پیر ست سنگت وال چل کے آؤں دے انو چارن کرو سری آؤ سارے پیار نال سبحان اللہ کھلو موجڑے گر سکھ ہنڈاندے میری کھلو موجڑے گر سکھ ہنڈاندے میری کھلو گڑ سکھ منڈان دے مستک لگے ساد دے ورگ بھاگ دینا دے میری کھلو گڑ سکھ منڈان میری کھلو گڑ سکھ منڈان کن ہاتھ دے پار چاند سب چہل چٹ پوجن کون کرم کماندے سب چہل چٹ پوجن کون کرم کماندے میری کھلو موجڑے گر سکھ ہنڈاندے وہ میری کھلو موجڑے گر سکھ ہنڈاندے مستک لگے سارے وٹ بھاگ جناندے میری کھلو موجڑے گر سکھ گر سرنی ساد سنگتی او نل چل چل جانے گر سرنی ساد سنگتی نت چل چل جانے وطن پر اپکاریوں
ਕਰ ਪਾਰ ਮਸਾਂਦੇ ਵਤਨ ਪਾਰ ਉਪਕਾਰ ਕਰ ਪਾਰ ਮਸਾਂਦੇ ਮੇਰੀ ਖਲੋ ਮੇਰੀ ਖਲੋ ਮਸਤਕ ਲਗੇ ਸਾਧ ਰੇਨ ਵੱਡ ਭਾਗ ਜਿਨ੍ਹਾਂ ਦੇ ਜਿਨ੍ਹਾਂ ਅਜੇ ਵੀ ਰਸਨਾ ਪਵਿੱਤਰ ਨਹੀਂ ਕੀਤੀ ਲਵਾਓ ਹਾਜ਼ਰੀ ਬਗੈਰ ਤਬਲੇ ਦੇ ਆਓ ਇੱਕ ਵਾਰ ਸਾਰੇ ਜਪੋ ਮਸਤਕ ਲਗੇ ਸਾਧ ਰੇ ਵੱਡ ਭਾਗ ਜਿਨ੍ਹਾਂ ਦੇ ਮੇਰੀ ਖਲੋ ਮੌਜ ਰੇ ਗੁਰਸਿੱਖ ਗੰਡਾਂ 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 ਦੇ ਮਸਤਕ ਲੱਗੇ ਸਾਧ ਰੇਣ ਵੱਡ ਭਾਗ ਜਿਨ੍ਹਾਂ ਦੇ ਆ ਜੋ ਆਪ ਆਏ ਹੋ ਗੁਰੂ ਕੇ ਸ਼ਬਦ ਨਾਲ ਜੁੜ ਕੇ ਅੰਮ੍ਰਿਤ ਦੇ ਗਫੇ ਵੀ ਲਏ ਤੇ ਫਿਰ ਮਸਤਕ ਲੱਗੇ ਸਾਧ ਰੇਨ ਜਦੋਂ ਮੱਥਾ ਟੇਕਿਆ ਤਾਂ ਬਈ ਸਾਰੇ ਹੀ ਫਿਰ 31 ਭਗਤ ਬੈਠੇ ਹਨ ਛੇ ਗੁਰੂਆਂ ਦੀ ਬਾਣੀ ਉਹਨਾਂ ਦੇ ਚਰਨਾਂ ਦੀ ਤੋੜੀ ਤੁਸੀਂ ਪ੍ਰਾਪਤ ਕੀਤੀ ਹੈ ਭਾਗਾਂ ਵਾਲੇ ਹੋ ਗੁਰੂ ਕਿਰਪਾ ਕਰੇ ਅਸੀਂ ਇਸੇ ਤਰ੍ਹਾਂ ਗੁਰੂ ਸ਼ਬਦ ਨਾਲ ਜੁੜੇ ਰਹੀਏ ਸਾਡਾ ਜੀਵਨ ਸਫਲ ਹੈ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿ